ਹਿੰਦੁਸਤਾਨ ਵਿੱਚ ਵਸਰੇ ਸਰਬ ਧਰਮ ਅਤੇ ਸਰਬਤ ਸੰਗਤ ਦੇ ਹਿਰਦੇ ਵਿੱਚ ਬੈਠੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਦਾਸ ਬਾਬਾ ਸਰਨਜੀਤ ਸਿੰਘ ਨਮਨ ਕਰਦਾ ਹੈ। ਹਿੰਦੁਸਤਾਨ ਵਿੱਚ ਰਹਿਣ ਵਾਲੀਆਂ ਸਰਬਤ ਸੰਗਤਾ ਅਲੱਗ-ਅਲੱਗ ਧਰਮ ਨੇ ਅਲੱਗ-ਅਲੱਗ ਬੋਲੀਆਂ ਅਲੱਗ-ਅਲੱਗ ਪਹਿਨਾਵਾ अलग-अलग प्रांत अलग कल्चर अलग खाना पीना और पूरा हिंदुस्तान कई त्यौहारों ਨੂੰ ਆਪਣੀ ਆਪਣੀ ਰੀਤੀ ਤੇ ਰਿਵਾਜ ਦੇ ਨਾਲ ਮਨਾਉਂਦਾ ਹੈ ਅੱਜ ਬਾਬਾ ਸਵਰਨਜੀਤ ਸਿੰਘ ਆਉਣ ਵਾਲੇ ਦਿਨ ਦੀਪਾਵਲੀ ਦੀ ਵਧਾਈ ਮਬਾਰਕ ਸਾਰੇ ਦੇਸ਼ਵਾਸੀਆਂ ਨੂੰ ਪੇਟ ਕਰਦਾ ਮਿੱਤਰੋ ਗੁਰੂ ਪਿਆਰਿਓ ਪੈਣੋ ਭਰਾਵੋ ਬਜ਼ੁਰਗੋ ਮੇਰੇ ਸਾਥੀਓ ਇਹ ਧਰਤੀ ਹਿੰਦੁਸਤਾਨ ਦੀ ਧਰਤੀ ਇਸ ਧਰਤੀ ਤੇ ਪੀਰਾਂ ਪੈਗੰਬਰਾਂ ਨੇ ਵਲੀ ਆਵਲੀ ਜੋਦੇ ਤੇ ਗੁਰੂਆਂ ਨੇ ਜਨਮ ਲੈ ਕੇ ਇਸ ਧਰਤੀ ਨੂੰ ਖੁਸ਼ਬੂ ਮੇ ਹੀ ਬਣਾਇਆ ਹੈ। ਔਰ ਇਸ ਧਰਤੀ ਤੇ ਸਵਾ 100 ਕਰੋੜ ਦੀ ਆਬਾਦੀ ਵਿੱਚ ਕਈ ਧਰਮ ਨੇ, ਕਈ ਕਬੀਲੇ ਨੇ, ਕਬੇ ਕਈ ਬੋਲੀਆਂ ਨੇ, ਕਈ ਪਹਿਨਾਵੇ ਨੇ, ਕਈ ਤਰ੍ਹਾਂ ਦੇ ਰਸਮੋ ਰਿਵਾਜ ਨੇ ਔਰ ਹਰ ਮਨੁੱਖ ਇਹਨਾਂ ਰਸਮਾਂ ਨੂੰ ਆਪਣੇ ਤਰੀਕੇ ਨਾਲ ਨਿਭਾ ਰਿਹਾ ਹੈ ਦੀਪavali ਦਾ ਤਿਉਹਾਰ ਪੂਰਾ ਹਿੰਦੁਸਤਾਨ ਜਾਂ ਫਿਰ ਵਾਹ ਬਾਹਰ ਵੀ ਜਿੱਥੇ ਲੋਕੀ ਵਸਦੇ ਨੇ ਉਹ ਵੀ ਦੀਵਾਲੀ ਨੂੰ ਮਨਾਉਂਦੇ ਹਨ ਅੱਜ ਇੱਕ ਮੈਂ ਆਪਣੀ ਨਹਿਤਕ ਜ਼ਿੰਮੇਵਾਰੀ ਸਮਝਦਾ ਹਾਂ ਗੁਰੂ ਘਰ ਦੀ ਸੇਵਾ ਕਰਦਿਆਂ ਕਿ ਮੈਂ ਆਪ ਜੀ ਦੇ ਨਾਲ ਕੁਝ ਬਚਨ ਕਰਾਂ ਮੇਰਾ ਇੱਕ ਪ੍ਰਯਾਸ ਹੈ ਮੇਰੀ ਇੱਕ ਸੋਚ ਹੈ ਮੇਰੇ ਅੰਦਰ ਇੱਕ ਮਿੱਠਾ ਜਿਹਾ ਪਿਆਰ ਦੇਸ਼ ਵਾਸੀਆਂ ਵਾਸਤੇ ਹੈ ਉਸ ਪਿਆਰ ਨੂੰ ਦੇਖਦਿਆਂ ਮੈਂ ਮਨਦ ਵਿੱਚ ਇੱਕ ਇਰਾਦਾ ਬਣਾਇਆ ਕਿ ਮੈਂ ਕੁਝ ਨਾ ਕੁਝ ਆਪਣੇ ਵੱਲੋਂ ਜ਼ਰੂਰ ਕਰਾਂਗਾ ਸਭ ਤੋਂ ਪਹਿਲਾਂ ਮੈਂ ਮੁਬਾਰਕ ਦਿਤਤੀ ਹੈ ਉਸ ਤੋਂ ਬਾਅਦ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ 250 ਕਰੋੜ ਦਾ ਦੇਸ਼ ਅਤੇ ਕਈ ਪ੍ਰਾਂਤ ਨੇ ਜਿਨ੍ਹਾਂ ਪ੍ਰਾਂਤਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸਟੇਟਾਂ ਦੇ ਵਿੱਚ ਲੋਕਾਂ ਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਰਹਿਣ ਵਾਸਤੇ ਘਰ ਨਹੀਂ ਮਜ਼ਦੂਰ ਕ੍ਰਿਤੀ ਕਾਮਾ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਰਿਹਾ ਹੈ ਭੁੱਖ ਕਰਕੇ ਔਰ ਦੀਪਾਵਲੀ ਦੇ ਦਿਨ ਦੇ ਉੱਤੇ ਕਈ ਹਜ਼ਾਰ ਕਰੋੜ ਰੁਪਏ ਨੂੰ ਅਸੀਂ ਇੱਕ ਰਾਤ ਦੇ ਵਿੱਚ ਫੂਕ ਦਿੰਦੇ ਹਾਂ ਅੱਗ ਲਾ ਦਿੰਦੇ ਹਾਂ ਬੰਬ ਨੂੰ ਅੱਗ ਲਾਣਾ ਨਹੀਂ ਇਹ ਬੰਬ 100 ਰੁਪਏ ਦਾ ਆਇਆ ਇੱਕ ਨੋਟ 100 ਦਾ ਅਸੀਂ ਫੂਕਦੇ ਹਾਂ ਜਦੋਂ ਇੱਕ ਬੰਬ ਨੂੰ ਫਟਾਉਂਦੇ ਹਾਂ। ਔਰ ਹਜ਼ਾਰਾਂ ਕਰੋੜ ਰੁਪਏ ਦਾ ਧਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਅੱਜ ਅਸੀਂ ਸਰਕਾਰ ਦੇ ਅੱਗੇ ਦੇਸ਼ ਦੇ ਅੱਗੇ ਆਪਣੀਆਂ ਮੰਗਾਂ ਰੱਖਦੇ ਹਾਂ। ਮਹਿੰਗਾਈ ਵਧ ਗਈ ਹੈ, ਭੁੱਖ ਮਰੀ ਜ਼ਿਆਦਾ ਹੈ, ਖਾਣ ਨੂੰ ਕੁਝ ਨਹੀਂ, ਪਾਣ ਨੂੰ ਕੁਝ ਨਹੀਂ, ਰਹਿਣ ਨੂੰ ਘਰ ਨਹੀਂ। ਦੂਜੇ ਪਾਸੇ ਅਸੀਂ ਹਜ਼ਾਰਾਂ ਕਰੋੜ ਰੁਪਈਆ ਅਸੀਂ ਦੀਵਾਲੀ ਵਾਲੇ ਦਿਨ ਫੂਕ ਦਿੰਦੇ ਹਾਂ। ਕਦੀ ਅਸੀਂ ਸੋਚਿਆ ਇਹ ਜੋ ਕਰ ਰਹੇ ਹਾਂ ਕੀ ਸਾਡੇ ਇਸ ਮਿਡਲ ਕਲਾਸ, ਲੋਅਰ ਮਿਡਲ ਕਲਾਸ ਦੇ ਲੋਕਾਂ ਲਈ ਉਚਿਤ ਹੈ? ਇਹ ਸ਼ਹਿਰਾਂ ਦੀ ਗੱਲ ਨਹੀਂ ਪਿੰਡਾਂ ਦੇ ਵਿੱਚ ਬਹੁਤ ਵੱਡੀ ਦੀਵਾਲੀ ਮਨਾਈ ਜਾਂਦੀ ਹੈ ਲੱਖਾਂ ਰੁਪਏ ਦਾ ਬਰੂਦ ਫੂਕਿਆ ਜਾਂਦਾ ਹੈ ਉਹਦੇ ਨਾਲ ਬਿਮਾਰੀਆਂ ਤੇ ਹੈ ਹੀ ਨੇ ਇਹ ਜੋ ਵਾਤਾਵਰਨ ਖਰਾਬ ਹੋ ਰਿਹਾ ਹੈ ਇਹ ਤੇ ਹੋ ਹੀ ਰਿਹਾ ਹੈ ਜਿਹੜੇ ਬਜ਼ੁਰਗ ਬੱਚਿਆਂ ਦੀਆਂ ਪੜਾਈਆਂ ਜਾਂ ਹੋਰ ਬਿਮਾਰੀਆਂ ਦੇ ਵਿੱਚ ਲਿਪਤ ਨੇ ਉਹਨਾਂ ਨੂੰ ਇਸ ਮਾਹੌਲ ਦੇ ਵਿੱਚ ਜਿਹੜਾ ਪ੍ਰਕਿਰਤਿਕ ਮਾਹੌਲ ਅਸੀਂ ਗੰਦਾ ਕਰ ਰਹੇ ਹਾਂ ਉਨਾਂ ਨੂੰ ਵੀ ਅਸੀਂ ਤੰਗ ਕਰ ਰਹੇ ਹਾਂ ਮੌਤ ਦੇ ਹਵਾਲੇ ਕਰ ਰਹੇ ਹਾਂ ਪਰ ਫਿਰ ਵੀ ਅਸੀਂ ਕਰੀ ਜਾ ਰਹੇ ਹਾਂ ਮੈਂ ਨੇ ਕਹਿੰਦਾ ਕਿ ਮੈਂ ਕਿਸੇ ਰਿਲੀਜੀਅਨ ਦੇ ਕਿਸੇ ਵਿਅਕਤੀ ਦੇ ਨਿੱਜੀ ਜੀਵਨ ਦੇ ਵਿੱਚ ਕੋਈ ਗੱਲ ਆਖਾਂ ਪਰ ਇੱਕ ਹਿੰਦੁਸਤਾਨ ਦਾ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਮੇਰਾ ਧਰਮ ਬੰਦਾ ਹੈ ਮੈਂ ਜਿਸ ਪਾਵਨ ਦਰਬਾਰ ਦੇ ਵਿੱਚ ਬੈਠ ਕੇ ਸੇਵਾ ਕਰਦਾ ਹਾਂ ਉੱਥੇ ਦੀ ਸੇਵਾ ਨਿਭਾਉਂਦਿਆਂ ਮੇਰਾ ਧਰਮ ਬਣਦਾ ਹੈ ਕਿ ਮੈਂ ਆਪਣੇ ਹਿੰਦੁਸਤਾਨ ਦੇ ਜਿੱਥੇ ਲੋਕਾਂ ਤੱਕ ਮੇਰੀ ਕੋਈ ਆਵਾਜ਼ ਜਾਂਦੀ ਹੈ ਮੈਂ ਉਹਨਾਂ ਤੱਕ ਆਪਣੀ ਆਵਾਜ਼ ਤੇ ਬੁਲੰਦ ਕਰਾਂ ਮਿੱਤਰੋ ਅੱਜ ਸਾਨੂੰ ਲੋੜ ਹੈ ਹਿੰਦੁਸਤਾਨ ਨੂੰ ਬਣਾਉਣ ਦੀ ਹਿੰਦੁਸਤਾਨ ਵਾਸਤੇ ਚੰਗਾ ਸੋਚੀਏ ਚੰਗਾ ਕਰੀਏ ਅਸੀਂ ਹਜ਼ਾਰਾਂ ਕਰੋੜ ਰੁਪਈਆ ਦੀਵਾਲੀ ਵਾਲੇ ਦਿਨ ਫੂਕ ਦੇਣਾ ਤੇ ਹਜ਼ਾਰਾਂ ਕਰੋੜ ਰੁਪਈਆ ਚਾਈਨਾ ਨੂੰ ਅਸੀਂ ਪ੍ਰਾਫਿਟ ਦੇ ਦੇਣਾ ਉਥੋਂ ਹੀ ਖਰੀਦਾ ਖਰੀਦ ਫਰੋਕਤ ਹੋ ਕੇ ਆ ਰਿਹਾ ਹੈ ਅਸੀਂ ਫੂਕ ਰਹੇ ਹਾਂ ਉਹ ਚਾਈਨਾ ਨੂੰ ਬਣਾ ਰਹੇ ਹਨ ਉਹ ਵੱਡੀਆਂ-ਵੱਡੀਆਂ ਇਮਾਰਤਾਂ ਵੱਡੇ-ਵੱਡੇ ਸ਼ਹਿਰ ਵੱਡਾ-ਵੱਡਾ ਸਿਸਟਮ ਜਿਸ ਦੇ ਵਿੱਚ ਲੋਕਾਂ ਨੂੰ ਰੋਟੀ ਸਭ ਕੁਝ ਮਿਲ ਰਿਹਾ ਹੈ ਪਰ ਅਸੀਂ ਤਬਾਹ ਕਰ ਰਹੇ ਹਾਂ ਮੇਰੀ ਆਪ ਜੀ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਗੁਜ਼ਾਰਿਸ਼ ਹੈ ਕਿ ਆਓ ਮੈਂ ਆਪ ਜਿੰਦੇ ਨਿਵਤ ਬੇਨਤੀ ਕਰਾਂ ਹਰ ਪਿੰਡ ਦੇ ਵਿੱਚ ਮੈਂ ਦੇਖਿਆ ਮੈਂ ਖੁਦ ਪਿੰਡ ਵਿੱਚ ਰਹਿਣ ਵਾਲਾ ਹਾਂ ਮੈਂ ਦੇਖਿਆ 4 4 5 15000 ਰੁਪਏ ਦੇ ਬੰਬ ਪਟਾਕੇ ਲਿਆ ਕੇ ਰੋਕੀ ਫੂਕਦੇ ਹਨ ਉਹ ਲੋਕੀ ਜਿਹੜੇ ਰੋਟੀ ਤੋਂ ਵੀ ਦੂਰ ਨੇ ਰੋਟੀ ਲੱਭਣਾ ਬਹੁਤ ਮੁਸ਼ਕਲ ਕਰਕੇ ਰੋਟੀ ਦੀ ਕਮਾਈ ਕਰਦੇ ਨੇ ਮਾਉਣਾ ਪੈਣਾ ਤੇ ਭਰਾਵਾਂ ਉਹਨਾਂ ਲੋਕਾਂ ਦੀ ਸੇਵਾ 'ਚ ਬੇਨਤੀ ਕਰਾਂ ਕਿ ਗੁਰਮੁਖ ਪਿਆਰਿਓ ਇਹ ਪੈਸਾ ਆਪਣੀ ਨੰਨੀਆਂ ਬੱਚੀਆਂ ਦੇ ਖਾਤਿਆਂ ਵਿੱਚ ਬੱਚਿਆਂ ਦੇ ਖਾਤਿਆਂ ਵਿੱਚ ਐਫ ਡੀ ਬਣਾ ਕੇ ਜੋੜ ਦਿਓ ਜੋ ਜੋ ਤਿਹਾਰ ਆਸੀਂ ਮਨਾ ਰਹੇ ਹਾਂ ਜਿਹੜੇ ਸਾਨੂੰ ਸ਼ੋਭਾ ਹੀ ਨਹੀਂ ਦਿੰਦੇ ਕਿ ਅਸੀਂ ਇੰਨਾ ਹਾਲਾਤਾਂ 'ਚ ਰਹਿ ਕੇ ਜਦੋਂ ਕਿ ਦੇਸ਼ ਦਾ ਹਰ ਵਿਅਕਤੀ ਮਹਿੰਗਾਈ ਮਹਿੰਗਾਈ ਕਰਕੇ ਮਹਿੰਗਾਈ ਦੀਆਂ ਗੱਲਾਂ ਕਰਕੇ ਰੋਜ਼ ਲੜਾਈਆਂ ਕਰ ਰਿਹਾ ਐਜੀਟੇਸ਼ਨ ਕਰ ਰਿਹਾ ਸਾਨੂੰ ਹੱਕ ਹੀ ਨਹੀਂ ਬੰਦਾ ਕਿ ਅਸੀਂ ਇੰਨਾ ਪੈਸਾ ਆਪਣੇ ਬੱਚਿਆਂ ਦਾ ਪੇਟ ਕੱਟ ਕੇ ਅਸੀਂ ਬੰਬ ਪਟਾਕਿਆਂ ਵਿੱਚ ਲਾਈਏ ਤਾਂ ਮੇਰੀ ਬੇਨਤੀ ਹੈ ਇੱਕ ਇਹ ਵਾਤਾਵਰਨ ਨੂੰ ਗੰਦਾ ਨਾ ਕਰੀਏ ਪ੍ਰਦੂਸ਼ਣ ਨਹੀਂ ਨਾ ਕਰੀਏ ਇਸ ਵਾਤਾਵਰਨ ਨੂੰ ਸੋਹਣਾ ਬਣਾਈਏ ਆਪਣੇ ਘਰ ਦੀ ਪੂੰਜੀ ਨੂੰ ਸੰਭਾਲੀਏ ਤੇ ਇਸ ਦੇਸ਼ ਦੀ ਜੋ ਸੁਪਰਮੇਸੀ ਹੈ ਉਹਨੂੰ ਕਾਇਮ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ ਅੱਜ ਲੋੜ ਹੈ ਇੱਕ ਰਾਤ ਦੇ ਦੀਪਕ ਨੂੰ ਜਲਾ ਕੇ ਖੁਸ਼ੀ ਸਾਨੂੰ ਨਹੀਂ ਮਿਲ ਸਕਦੀ ਸਾਨੂੰ ਉਹ ਦੀਪਕ ਚਾਹੀਦੇ ਹਨ ਜਿਹੜੇ ਹਮੇਸ਼ਾ ਜਗਦੇ ਰਹਿਣ ਤੇ ਜਿਸ ਖੂਬਸੂਰਤ ਰੋਸ਼ਨੀ ਦੇ ਵਿੱਚ ਬੈਠ ਕੇ ਸਾਡਾ ਜੀਵਨ ਸੋਹਣਾ ਤੇ ਕਾਰ ਬਾਰ ਰੋਟੀ ਕਪੜਾ ਤੇ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਅਗਾਹ ਵੱਧ ਸਕੇ ਇਸ ਕੋਸ਼ਿਸ਼ ਤੇ ਵਿੱਚ ਅਸੀਂ ਲੱਗਣਾ ਹੈ ਦੀਵੇ ਮਿੱਟੀ ਦੇ ਬਣਾ ਕੇ ਤੇਲ ਪਾ ਕੇ ਬੱਤੀ ਲਾ ਕੇ ਅੱਗ ਜਲਾ ਦਿੰਦੇ ਹਾਂ ਤੇ ਰੋਸ਼ਨ ਕਰਕੇ ਕਹਿੰਦੇ ਹਾਂ ਸਾਡੇ ਬਨੇਰੇ ਤੇ ਸਾਡੇ ਘਰ ਵਿੱਚ ਰੋਸ਼ਨੀ ਹੈ ਹੁਣ ਲక్ష్ਮੀ ਆਵੇਗੀ ਜਿਹੜਾ ਮਨੁੱਖ ਸੂਰਜ ਦੀ ਰੋਸ਼ਨੀ ਦੇ ਵਿੱਚ जिने पूरे भारतवर्ष ਦੇ ਵਿੱਚ ਪੂਰੀ ਦੁਨੀਆ ਵਿੱਚ ਆਪਣੀ ਰੋਸ਼ਨੀ ਫੈਲਾਈ ਹੈ ਜੇ ਪੂਰਾ ਦਿਨ ਕੰਮ ਕਰਕੇ ਸਾਨੂੰ ਰੋਟੀ ਨਹੀਂ ਮਿਲੀ ਤੇ ਇੱਕ ਰਾਤ ਬਨੇਰੇ ਉਤੇ ਦਾ ਕੇ ਦੀਪਕ ਸਾਨੂੰ ਰੋਟੀ ਨਹੀਂ ਮਿਲਨੀ ਰੋਟੀ ਮਿਲੇਗੀ ਜੇਕਰ ਅਸੀਂ ਅਸੂਲ ਬੁਨਿਆਦੀ ਅਸੂਲਾਂ ਦੇ ਉੱਤੇ ਚੱਲਣ ਦਾ ਯਤਨ ਕਰਾਂਗੇ ਛੋਟੀਆਂ-ਛੋਟੀਆਂ ਇੱਕ ਇੱਕ ਬੂੰਦ ਦੇ ਨਾਲ ਕਹਿੰਦੇ ਨੇ ਦਰਿਆ ਚੱਲਦੇ ਨੇ ਇਸੇ ਤਰ੍ਹਾਂ ਥੋੜਾ ਥੋੜਾ ਤਾਣਾ ਅਸੀਂ ਇਕੱਠਾ ਕਰਦੇ ਰਹੀਏ ਤੇ ਸਾਡੀ ਵਿਰਾਸਤ ਜਿਹੜੀ ਹੈ ਸਾਡਾ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਖੂਬਸੂਰਤ ਬਣ ਸਕਦਾ ਹੈ ਆਓ ਮਿੱਤਰੋ ਇਹਨਾਂ ਦੀਪਕ ਮਿੱਟੀ ਦੇ ਦੀਵਿਆਂ ਵਿੱਚ ਤੇਲ ਨਾ ਪਾਈਏ ਆਪਣੀ ਹਿਰਦੇ ਰੂਪੀ ਦੀਵੇ ਵਿੱਚ ਪਿਆਰ ਦਾ ਪਿਆਰ ਦੀਆਂ ਬੂੰਦਾਂ ਪਾਈਏ ਤੇ ਉਥੇ ਰੋਸ਼ਨੀ ਹੋ ਜਾਵੇ ਤੇ ਫਿਰ ਸਾਰਿਆਂ ਦੇ ਨਾਲ ਮੁਹੱਬਤ ਦਾ ਪੈਗਾਮ ਲੈ ਕੇ ਅਸੀਂ ਵਧੀਏ ਫਿਰ ਜਾ ਕੇ ਲੋਕੀ ਕਹਿਣਗੇ ਅੱਜ ਸੱਚਮੁੱਚ ਹਿੰਦੁਸਤਾਨ ਦੇ ਲੋਕਾਂ ਨੇ ਦੀਪਾਵਲੀ ਮਨਾਈ ਹੈ ਅੱਜ ਸਾਰਿਆਂ ਦਾ ਪ੍ਰੇਮ ਜਿਹੜਾ ਹੈ ਉਹ ਇੱਕ ਨੂੰ ਇੱਕ ਤੋਂ ਇੱਕ ਪਰ ਕਰਕੇ ਨਜ਼ਰ ਆ ਰਿਹਾ ਹੈ ਕਦੀ ਆਪਣੇ ਇਲਾਕਿਆਂ 'ਚ ਵੇਖਣਾ ਤੁਹਾਡੇ ਬੰਬ ਪਟਾਕੇ ਚੜਦੇ ਦੇਖ ਕੇ ਕੁਝ ਝੁੱਗੀਆਂ ਦੇ ਵਿੱਚ ਬੱਚੇ ਰੋਂਦੇ ਹੋਣਗੇ ਜਿਨ੍ਹਾਂ ਦੇ ਕੋਲ ਰੋਟੀ ਵੀ ਨਹੀਂ ਹੋਵੇਗੀ। ਤਾਂ ਇਹ ਸਮਾਜ ਦਾ ਇੱਕ ਇੱਕ ਬੰਦਾ ਜਿੰਨੀ ਦੇਰ ਤੱਕ ਇਕੱਠਾ ਹੋ ਕੇ ਨਹੀਂ ਕੰਮ ਕਰਦਾ ਐਨੀ ਦੇਰ ਤੱਕ ਦੇਸ਼ ਅਗਾ ਨਹੀਂ ਵੱਰ ਸਕਦਾ। ਧਾਰਮਿਕ ਵਿਦਿਆ ਨੂੰ ਜਿੰਨਾ ਮਰਜੀ ਅਸੀਂ ਲੈ ਕੇ ਜਾਈਏ ਉਹਦੇ ਨਾਲ ਸਾਨੂੰ ਪੀਸ ਆਫ ਮਾਈਂਡ ਇੱਕ ਉਸ ਰੱਬ ਦੀਆਂ ਜਿਹੜੀਆਂ ਖੁਸ਼ੀਆਂ ਨੇ ਹਕੀਕਤਾਂ ਨੇ ਸਚਾਈਆਂ ਨੇ ਉਸ ਰਹਸਾਰੇ ਪਤਾ ਲੱਗੇਗਾ ਲੇਕਿਨ ਸਮਾਜ ਦੇ ਵਿੱਚ ਰਹਿ ਕੇ ਚੰਗਾ ਕਰਮ ਕਰਾਂਗੇ ਫਿਰ ਸਾਡੇ ਜੀਵਨ ਦੇ ਵਿੱਚ ਇੱਕ ਨਵੀਂ ਰੋਸ਼ਨੀ ਇੱਕ ਨਵੀਂ ਕ੍ਰਾਂਤੀ ਇੱਕ ਨਵੀਂ ਦੁਨੀਆ ਦਾ ਆਗਾਜ਼ ਹੋਵੇਗਾ ਤੇ ਉਸ ਆਗਾਜ਼ ਦੇ ਨਾਲ ਸਾਡਾ ਦੇਸ਼ ਦੇਸ਼ ਦੇ ਰਹਿਣ ਵਾਲੇ ਲੋਕੀ ਬਹੁਤ ਅੱਗੇ ਜਾਣਗੇ ਤਾਂ ਮੈਂ ਸਾਰਿਆਂ ਦੀ ਸੇਵਾਟ ਬੇਨਤੀ ਕਰਾਂ ਕਿ ਇਸ ਦੀਵਾਲੀ ਦੇ ਤਿਉਹਾਰ ਦੇ ਉਤੇ ਸ਼ਬਦਾਂ ਦੇ ਰੂਪ ਦੇ ਵਿੱਚ ਵੀ ਕਿਸੇ ਨਾਲ ਪਿਆਰ ਕੀਤਾ ਜਾ ਸਕਦਾ ਜ਼ਰੂਰੀ ਨਹੀਂ ਕਿ ਕਪੜੇ ਦੇ ਕੇ ਜ਼ਰੂਰੀ ਨਹੀਂ ਕਿ ਮਠਿਆਈਆਂ ਦੇ ਡੱਬੇ ਦੇ ਕੇ ਇੱਕ ਮਨੁੱਖ ਆਪਣੇ ਹਿਰਦੇ ਦੀਆਂ ਗਹਿਰਾਈਆਂ ਚੋਂ ਕਿਸੇ ਨੂੰ ਨਮਸਕਾਰ ਕਰ ਦੇਵੇ ਸਤਨਾਮ ਵਾਹਿਗੁਰੂ ਕਹ ਦੇ ਹਰੀ ਓਮ ਕਹ ਦੇ ਅੱਲਾ ਇਸ਼ਵਰ ਖੁਦਾ ਦਾ ਨਾਮ ਲੈ ਕੇ ਕੋਈ ਦੁਆ ਦੇ ਦੇ ਮੈਨੂੰ ਲੱਗਦਾ ਉਹ ਕਈ ਹਜ਼ਾਰ ਰੁਪਏ ਤੋਂ ਵੱਡੀ ਦਾਤ ਹੈ ਉਹਦੇ ਨਾਲ ਪਿਆਰ ਫੈਲਦਾ ਹੈ ਇਹ ਜੇ ਨਾਲ ਪ੍ਰਦੂਸ਼ਣ ਫੈਲਦਾ ਹੈ ਜੋ ਅਸੀਂ ਕੰਮ ਕਰ ਰਹੇ ਹਾਂ ਆਓ ਕੁਝ ਸੋਚੀਏ ਦੇਸ਼ ਵਾਸੀਆਂ ਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਇਹੋ ਹੀ ਧਰਮ ਦੀ ਸੇਵਾ ਹੈ ਇਹੋ ਹੀ ਧਰਮ ਕਹਿੰਦਾ ਹੈ ਇਹੋ ਹੀ ਆਧਰਮਤਾ ਨੂੰ ਦੂਰ ਕਰਨਾ ਹੈ ਇਹਨਾਂ ਅੰਧੇਰਿਆਂ ਨੂੰ ਦੂਰ ਕਰਨਾ ਹੈ ਜਿੱਥੇ ਅਸੀਂ ਫਸੇ ਬੈਠੇ ਹਾਂ ਜਿੱਥੇ ਅਸੀਂ ਡੁੱਬੀ ਜਾ ਰਹੇ ਹਾਂ ਨੁਕਸਾਨ ਕਰਦੇ ਹਾਂ ਹਸਪੀਟਲ ਚ ਜਾ ਕੇ ਦੇਖਣਾ ਦੀਪਾਵਲੀ ਦੇ ਦਿਨ ਦੇ ਵਿੱਚ ਕਈਆਂ ਲੋਕਾਂ ਦੀਆਂ ਬਾਹਾਂ ਵੱਡੀਆਂ ਹੋਣਗੀਆਂ ਕਈ ਸੜੇ ਵਿਲਕਦੇ ਹੋਣਗੇ ਕਈ ਆਪਣੇ ਜੀਵਨ ਗਵਾ ਬੈਠੇ ਹੋਣਗੇ ਕਈਆਂ ਦਾ ਜੂਏ ਦੇ ਵਿੱਚ ਦਿਵਾਲੀਆ ਨਿਕਲ ਗਿਆ ਹੋਵੇਗਾ ਕਈਆਂ ਦੇ ਘਰ ਲੁੱਟ ਗਏ ਹੋਣਗੇ ਆਓ ਮਿੱਤਰੋ ਇਹਨਾਂ ਮੌਤ ਦੇ ਮੁੰਦੇ ਫੰਦਿਆਂ ਵਿੱਚੋਂ ਆਪਣੇ ਆਪ ਨੂੰ ਕਢੀਏ ਤੇ ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ਅੱਗੇ ਚੱਲਣ ਦਾ ਯਤਨ ਕਰਿਏ ਬਸ ਇਹੋ ਹੀ ਮੇਰੀ ਦੁਆ ਹੈ ਇਹੋ ਹੀ ਮੇਰੀ ਅਰਦਾਸ ਹੈ ਮੈਂ ਦੇਸ਼ ਵਾਸੀਆਂ ਤੋਂ ਇਹੋ ਹੀ ਮੰਗਦਾ ਹਾਂ ਔਰ ਮੇਰੀ ਸੇਵਾ ਵੀ ਇਹੋ ਹੀ ਪ੍ਰਵਾਨ ਹੋ ਜਾਏਗੀ ਜੇ ਤੁਸੀਂ ਸਾਰੇ ਆਪਣੇ ਆਪਣੇ ਘਰ ਬੈਠ ਕੇ ਕੁਝ ਸੋਚ ਕੇ ਪਟਾਕੇ ਖਰੀਦਣ ਸਮੇਂ ਇੱਕ ਕੋਇਤ ਸ਼ਰੀ ਨਾਲ ਬੜੇ ਸੋਹਣੇ ਜਿਹੇ ਤਰੀਕੇ ਨਾਲ ਸਚਜੇ ਢਾਂਗ ਦੇ ਨਾਲ ਇਹ ਸੋਚ ਕੇ ਸਾਡਾ ਜੇਬ ਕੀ ਕਹਿੰਦਾ ਜੀ ਇਸ ਸਾਲ ਤੁਸੀਂ ਨਹੀਂ ਛੱਡ ਸਕਦੇ 1000 ਰੁਪਏ ਦਾ ਬੰਬਣਾ ਲੈ ਕੇ ਆਓ 50 ਰੁਪਏ ਦੇ ਬੰਬ ਲੈ ਕੇ ਆਓ ਬੱਚਿਆਂ ਨੂੰ ਸਿਖਾਓ ਸਮਝਾਓ ਸਾਕੇ ਸਾਡੇ ਬੱਚਿਆਂ ਦੇ ਵਿੱਚ ਇੱਕ ਨਵੀਂ ਰੋਸ਼ਨੀ ਇੱਕ ਵੀ ਸਦੀ ਇੱਕ ਨਵੀਂ ਟੈਕਨੋਲੋਜੀ ਇੱਕ ਨਿਆਵਾ ਕੰਪਿਊਟਰ ਦਾ ਯੁੱਗ ਇਲੈਕਟ੍ਰੋਨਿਕਸ ਯੁੱਗ ਜਿਹੜਾ ਹੈ ਉਹ ਸਾਡੇ ਬੱਚਿਆਂ ਵਿੱਚ ਪੈਦਾ ਹੋ ਜਾਵੇ ਇੱਕ ਰੀਜ਼ਨਿੰਗ ਪੈਦਾ ਹੋ ਜਾਵੇ ਦੈਨ ਓਨਲੀ ਅਸੀਂ ਅੱਗੇ ਵਾ ਸਕਦੇ ਹਾਂ ਐਨੇ ਸ਼ਬਦ ਪ੍ਰਵਾਨ ਕਰਨੇ ਮੇਰੇ ਤੋਂ ਕੋਈ ਗਲਤੀ ਐਸਾ ਕੋਈ ਸ਼ਬਦ ਨਿਕਲ ਜਾਏ ਉਹਦੀ ਖਮਾ ਮੰਗਦਾ ਹਾਂ ਤੇ ਸਾਰਿਆਂ ਦੇ ਅੱਗੇ ਬੇਨਤੀ ਹੈ ਪੂਰੇ ਭਾਰਤ ਵਰਸ਼ ਵੱਗੇ ਕਿ ਆਓ ਮੇਰੇ ਪਿਆਰੇ ਦੋਸਤੋ ਭੈਣੋ ਭਰਾਓ ਮਿਲ ਕੇ ਦੇਸ਼ ਨੂੰ ਆਪਣੇ ਆਪ ਨੂੰ ਆਪਣੇ ਪਿਆਰ ਨੂੰ ਸਮਾਜ ਨੂੰ ਆਪਣੇ ਭਾਈਚਾਰੇ ਨੂੰ ਕਾਇਮ ਰੱਖਦੇ ਆ ਅਸੀਂ ਅੱਗੇ ਚੱਲੀਏ ਤੇ ਜੋਤ ਸੇ ਜੋਤ ਜਗਾਤੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ ਐਨੇ ਸ਼ਬਦ ਪ੍ਰਵਾਨ ਕਰਨੇ ਮਿੱਤਰੋ ਇੰਨੀ ਵੱਡੀ ਇਦਾਤ ਜੇ ਤੁਸੀਂ ਲੈ ਕੇ ਆਪਣੇ ਅੰਦਰ ਕੁਝ ਮਿੱਠਾਪਣ ਪੈਦਾ ਕਰ ਲੋਗੇ ਤੁਹਾਡਾ ਜੀਵਨ ਸਵਲ ਹੋ ਜਾਏਗਾ ਮੇਰੇ ਵੱਲੋਂ ਵਧਾਈਆਂ ਖੁਸ਼ੀਆਂ ਤੇ ਸੋਚਣਾ ਜ਼ਰੂਰ ਇਸ ਗੱਲ ਨੂੰ ਪਰੇ ਨਾ ਕਰਿਓ ਆਪਣੇ ਜੀਵਨ ਦੇ ਵਿੱਚ ਜ਼ਰੂਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ